ग्राउंड जीरो पर रहा, देखिए इस रिपोर्ट में। जिते किसान जथेबंदियां नू दिल्ली विच 4 महीने पूरे हो गए, उन्हूं लैके किसान जथेबंदों अज भारत बंद का कॉल की गई थी। उते असीं बता दें जो अज इस टाइम मौजूद हाँ, असीं पटियाला के बक्सीवाल थाने के कोल जिहड़ा कि ਤੁਹਾਡਾ ਪਾਖੜਾ ਨਹਿਰ ਹੈ, ਉੱਥੇ ਦੇਖ ਲਓਗੇ ਉਹਦਾ ਨਜ਼ਾਰਾ, ਜਿਨ੍ਹਾਂ ਦੇ ਤਸਵੀਰਾਂ ਦਿਖਾਵਾਂਗੇ, ਜਿਹੜੇ ਕਿਸਾਨ ਜਥੇਬੰਦੀਆਂ ਵੱਲੋਂ ਸੜਕ ਦੇ ਅੰਦਰ ਟਰਾਲੀ ਟਰੈਕਟਰ ਲਗਾ ਕੇ ਸੜਕ ਬੰਦ ਕੀਤੀ ਗਈ ਹੈ। ਉਹਦੇ ਨਾਲ ਸਾਡੇ ਨਾਲ ਹੋਰ ਵੀ ਮੌਜੂਦ ਹੈ ਕਿਸਾਨ ਜਥੇਬੰਦੀ, ਉਹਨਾਂ ਨਾਲ ਗੱਲ ਕਰੀਏ, ਕੀ ਰਣਨੀਤੀ ਰਹੇਗੀ ਉਹਨਾਂ ਦੀ? ਹਾਂਜੀ ਇੱਧਰ। ਹਾਂਜੀ ਕੀ ਨਾਮ ਹੈ ਸਰ ਤੁਹਾਡਾ? ਹਰਨੇਕ ਸਿੰਘ ਜੀ, ਪਿੰਡ ਸਿੱਧੂਵਾਲ। ਹਰਨੇਕ ਸਿੰਘ ਜੀ, ਕਿਸਾਨ ਜਥੇਬੰਦੀਆਂ ਵੱਲੋਂ ਅੱਜ 400 ਦਿਨ ਪੂਰੇ ਹੋਏ, ਹਾਂਜੀ ਉਹਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਕਾਲ ਦੀ ਕੀ ਸੀ, ਕਿੱਦਾਂ ਨਾਲ ਤੁਹਾਨੂੰ ਹੁਕਮਾਂ ਮਿਲ ਰਿਹਾ? ਤੋਂ ਜਿਸ ਤਰ੍ਹਾਂ ਦੀ ਸਾਨੂੰ ਕਾਲ ਉੱਪਰੋਂ ਹੁੰਦੀ ਆ ਜੀ, ਹੁਕਮ ਮਿਲਦਾ ਜਥੇਬੰਦੀਆਂ ਦਾ, ਉਹ ਅਸੀਂ ਪੂਰਾ ਕਰਦੇ ਹਾਂ। ਸਾਡੀ ਸਾਰੀ ਜਨਤਾ ਪੂਰਾ ਕਰਦੀ ਆ, ਇਕੱਲੇ ਅਸੀਂ ਨਹੀਂ, ਅੱਜ ਸਾਰਾ ਮੁਲਕ ਉਹਨਾਂ ਦੀ ਮੰਨਦਾ, ਜੋ ਕਾਲ ਕਰਦੇ ਨੇ ਉਹਨਾਂ ਦਾ ਹੁਕਮ ਮੰਨਦਾ, ਉਹ ਬੇਨਤੀ ਕਰਦੇ ਨੇ, ਅਸੀਂ ਹੁਕਮ ਮੰਨਦੇ ਹਾਂ। ਤੜਕੇ 6 ਵਜੇ ਦਾ ਆਰਡਰ ਦਿਆ ਤਾ ਉਹਨਾਂ ਨੇ, ਤੜਕੇ 6 ਵਜੇ ਬਿਲਕੁਲ ਬੰਦੇ ਉਰੇ ਆ ਖੜੇ ਤੇ, 6 ਵਜੇ ਤੋਂ ਅਸੀਂ ਬੰਦ ਕਰਤਾ ਤਾ, ਜਾਮ ਕਰਤਾ ਤਾ। ਵੈਸੇ ਸਾਡੇ ਨਾਲ ਕੋਈ ਐਵੇਂ ਕਹੀਏ ਆ ਕੇ ਬੈਸਾ ਵੀ ਨਹੀਂ ਹੈਗਾ, ਵੀ ਜਿਹਨੇ ਕਿਹਾ ਹੋਵੇ ਵੀ ਮੈਂ ਜਾਣਾ ਆ, ਜ਼ਰੂਰੀ ਜਾਣਾ, ਲੋਕਾਂ ਨੇ ਆਪਣੇ ਆਪ ਸਮਕਾ ਜਿਹੜਾ ਆਈ ਗਿਆ, ਜਿਹਨੂੰ ਕਿਹਾ ਵੀ ਭਾਈ ਊਂ ਤਾਂ ਹੋਇਆ, ਉਹ ਉਰੇ ਬਹਿੰਦਾ ਰਿਹਾ, ਬਹਿ ਕੇ ਜਾਂਦਾ ਰਿਹਾ ਸਾਡੇ ਕੋਲ, ਬਿਲਕੁਲ ਬੰਦ ਆ, ਜੇ ਸਾਰਾ ਭਾਰਤ ਹੀ ਬੰਦ ਹੈ, ਜੋ ਉੱਪਰੋਂ ਕਾਲ ਆਊਗੀ ਉਹ ਹੁੰਦੇ ਹੀ ਰਹੂਗਾ। ਕਿੱਦਾਂ ਦਾ ਸਮਰਥਨ ਮਿਲ ਰਿਹਾ ਤੁਹਾਨੂੰ ਕਿਸਾਨ ਜਥੇਬੰਦੀਆਂ ਨੂੰ, ਕਿਉਂਕਿ ਦੁਕਾਨਾਂ ਵੀ ਦੇਖੀਆਂ ਅੱਜ ਅਕਸਰ ਪਟਿਆਲੇ ਬੰਦ ਪਈਆਂ, ਕਿੱਦਾਂ ਦਾ ਸਮਰਥਨ ਮਿਲ ਰਿਹਾ ਤੁਹਾਨੂੰ? ਸਾਨੂੰ ਫੁੱਲ ਵੱਟਾ ਫੁੱਲ, ਸ਼ਹਿਰੀਆਂ ਦਾ ਵੀ, ਦੁਕਾਨਦਾਰਾਂ ਦਾ ਵੀ, ਅਤੇ ਆੜ੍ਹਤੀਆਂ ਦਾ ਵੀ, ਜਿੰਨਾ ਵੀ ਮਤਲਬ ਵਪਾਰ ਹੈ ਜਾਂ ਮਜ਼ਦੂਰ ਹੈ, ਹਰ ਇੱਕ ਬੰਦਾ ਸਾਡੇ ਨਾਲ ਹੈ, ਸਾਰੇ ਬੰਦਿਆਂ ਦਾ ਸਾਨੂੰ ਸਮਰਥਨ ਮਿਲਦਾ ਵੱਧ ਤੋਂ ਵੱਧ। ਹੁਣ ਤਾਂ ਗੱਲ ਮੁਕਾਓ ਵੀ ਕੁਛ ਪਰਸੈਂਟ ਜਿਹੜੇ ਇਕੱਲੀ BJP ਦੇ ਕੁੱਤੇ ਨੇ, ਉਹ ਬੰਦੇ ਉਰੇ ਮਤਲਬ ਦੂਏ ਕਰ ਲੋਟ ਕਰ ਰਹੇ ਨੇ, ਪੰਜਾਬ ਦੇ ਗਦਾਰ ਨੇ, ਨਹੀਂ ਸਾਰੇ ਬੰਦੇ ਬਿਲਕੁਲ ਸਾਡੇ ਨਾਲ ਨੇ, ਸਾਰਾ ਮੁਲਕ ਹੀ ਨਾਲ ਹੈ ਜੀ। ਹੁਣ ਤਾਂ ਹਿੰਦੁਸਤਾਨ ਦੇ 4 ਮਹੀਨੇ ਪੂਰੇ ਹੋ ਗਏ, ਕਈ ਸਾਥੀ ਵੀ ਤੁਹਾਡੇ ਮੌਤ ਦੀ ਘਾਟ ਵੀ ਉਤਰ ਗਏ, ਤੁਹਾਨੂੰ ਕੀ ਲੱਗਦਾ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕੁਝ ਮਾਨੀ ਸਹਾਇਤਾ ਮਿਲ ਰਹੀ ਹੈ? ਨਹੀਂ ਜੀ, ਕੋਈ ਸਹਾਇਤਾ ਨਹੀਂ ਮਿਲਦੀ ਉਹਨਾਂ ਨੂੰ, ਬਿਲਕੁਲ ਨਹੀਂ ਦੇ ਰਹੇ। ਉਹ ਸਾਡੀ ਜਿਹੜੀ ਮਨਾਈ ਵੀ ਹੈ ਉਹੀ ਸਹਾਇਤਾ ਮਿਲਦੀ ਹੈ, ਬਾਕੀ ਸਮਕਾ ਪੰਗੇ ਉਡਾਏ ਜਾ ਰਹੇ ਨੇ। ਅੱਗੇ ਅਸੀਂ ਇਕੱਲੀ ਜਥੇਬੰਦੀ ਦੀ ਪੈਡ ਲਿਖ ਕੇ ਲਾ ਕੇ ਦੇ ਆਉਂਦੇ, ਅਤੇ ਹੁਣ ਉਹਨਾਂ ਨੇ ਕੀ ਕਰਤਾ, ਸ਼ਰਾਰਤ ਕਰਤੀ ਰਾਜੇ ਦੀ ਸਰਕਾਰ ਨੇ, ਜਿਹੜੀ ਪੰਜਾਬ ਸਰਕਾਰ ਆ ਨਾ, ਇਹਨਾਂ ਨੇ ਸ਼ਰਾਰਤ ਕਰੀ ਹੈ। ਆਹ ਲੰਬੜਦਾਰ ਦੇ ਸਾਈਨ ਲਿਆਓ ਜੀ ਕਰਾ ਕੇ, ਆਹ ਪਟਵਾਰੀ ਕੋਲ ਭੇਜ ਦਿਓ ਜੀ, ਆਹ ਆਪਣਾ ਫਲਾਣੇ ਦੀ ਉਹ ਕਰਾਓ, ਵੀ ਮਤਲਬ ਇਹ ਇੱਧਰੋਂ ਆਪਣੀ ਸ਼ਰਾਰਤ ਵੋਟਾਂ ਦੀ ਕਰ ਰਹੇ ਨੇ, ਇਹ ਸਾਡੀ ਕੋਈ ਮਦਦ ਨਹੀਂ ਕਰ ਰਹੀ ਕਾਂਗਰਸ ਸਰਕਾਰ। ਕਿੱਦਾਂ ਦੀ ਰਣਨੀਤੀ ਰਹੇਗੀ ਕਿਸਾਨ ਜਥੇਬੰਦੀਆਂ ਦੀ, ਕਿੱਦਾਂ ਦੀ ਰਣਨੀਤੀ ਰਹੇਗੀ? ਇਹ ਤਾਂ ਦੇਖੋ ਜੀ, ਅਸੀਂ ਜਿਹੜਾ ਫੈਸਲਾ ਹੈ ਇਹ ਤਾਂ ਬਿਲਕੁਲ ਰੱਦ ਕਰਾ ਕੇ ਮੁੜਨਾ, ਇਹ ਸਾਡਾ ਪਹਿਲੀ ਫੈਸਲਾ ਇਹੀ ਹੈ। ਜਿੱਦਾਂ ਇਹਨਾਂ ਨੇ ਮੇਰਾ ਪੋਤਾ ਢਿੱਲਾ ਦੀ ਬਿਲਕੁਲ ਨਹੀਂ, ਉੱਦਾਂ 26 ਨੂੰ ਗਿਆ, ਬਾਕੀ ਸਾਡੇ ਪਿੰਡੋਂ ਬੰਦੇ ਗਏ ਅਤੇ ਹੋਰ ਵੀ ਸਾਰੇ ਗਏ ਨੇ, ਤਾਂ ਉੱਥੇ ਜਦ ਪਤਾ ਲੱਗਿਆ ਵੀ ਉੱਥੇ ਘੇਰ ਲਏ, ਉਹ ਤੋਂ ਬਾਅਦ ਮੈਂ ਖਬਰਾਂ ਸੁਣ ਰਿਹਾ ਤਾਂ, ਜਦ ਇਹਨਾਂ ਨੇ ਕਿਹਾ ਵੀ ਉਹ ਗਰਾਊਂਡ 'ਚ ਚੱਲੋ, ਮੈਂ ਉਸੇ ਟਾਈਮ ਕੱਟ ਕੇ ਫੋਨ ਸਾਡੇ ਪ੍ਰਧਾਨ ਨੂੰ ਇੱਕ ਫੋਨ ਮਾਰਿਆ ਵੀ ਮਹਾਰਾਜ ਉੱਥੇ ਨਾ ਜਾਇਓ, ਇਹ ਤੁਹਾਨੂੰ ਜੇਲ੍ਹ ਬਣਾ ਕੇ ਬਿਠਾਉਣਗੇ। ਉਹੀ ਗੱਲਾਂ ਬਾਅਦ 'ਚ ਆ ਗਈਆਂ, ਬਿਲਕੁਲ ਸਹੀ ਆ ਗਈਆਂ। ਉਹ ਕਹਿੰਦੇ ਵੀ ਨਹੀਂ, ਅਸੀਂ ਹੁਣ ਜਵਾਬ ਦੇ ਚੁੱਕੇ ਕਹਾਂ ਜਥੇਬੰਦੀਆਂ ਨੂੰ ਵੀ, ਦੂਜਿਆਂ ਨੂੰ ਵੀ, ਵੱਡਿਆਂ ਨੂੰ ਵੀ, ਅਸੀਂ ਨਹੀਂ ਜਾਂਦੇ। ਜੰਮੂ ਕਟੜਾ ਸੰਘਰਸ਼ ਵਾਲਿਆਂ ਨੇ ਵੀ ਮੋਰਚਾ ਖੋਲ੍ਹ ਲਿੱਤਾ ਕਿਸਾਨਾਂ ਨੇ, ਹਾਂਜੀ ਹਾਂ, ਤੁਹਾਨੂੰ ਕੀ ਕਹਿਣਾ? ਉਹ ਵੀ ਅੱਜ ਮੋਤੀ ਮਹਿਲ ਦੇ ਸੀ, ਕੱਲ੍ਹ ਬੈਰੀਗੇਡ ਵੀ ਪੱਟੇ ਗਏ ਕਿਸਾਨਾਂ ਵੱਲੋਂ ਪਟਿਆਲੇ 'ਚ। ਹਾਂਜੀ ਹਾਂ, ਉਹ ਉਹਨਾਂ ਨਾਲ ਵੀ ਧੱਕਾ ਕਰ ਰਹੀ ਆ ਗੌਰਮੈਂਟ, ਕਿਉਂ ਉਹਨਾਂ ਦੇ ਪੈਸੇ ਕਿਉਂ ਨਹੀਂ ਦੇ ਰਹੀ? ਜਾਂ ਸਾਡੀ ਜਾਇਦਾਦ ਸਦਾ ਲਈ ਚਲੀ ਜਾਣੀ ਆ, ਉਹ ਮੁੜ ਕੇ ਅਸੀਂ ਉਹਦੇ ਵਿੱਚ ਨਹੀਂ ਵੜ ਸਕਦੇ, ਉਹਦੇ ਕਿਉਂ ਨਹੀਂ ਪੈਸੇ ਪੂਰੇ ਦੇ ਰਹੇ? ਜਦ ਅੱਗੇ ਸਰਕਾਰਾਂ ਦੇ ਰਹੀਆਂ ਨੇ, ਉਹ ਕਿਉਂ ਨਹੀਂ ਦੇ ਰਿਹਾ? ਰਾਜਾ ਆਪਣੇ ਵਾਸਤੇ ਰੋਕੇ, ਸਾਡੀ ਸਿਆਮ ਲਾਡ ਨੂੰ ਤਾਂ ਦਾਨ ਲੈ ਰਿਹਾ, ਐਡਾ ਵੱਡਾ ਉਹ ਚੰਗਾ ਸਿਆਣਾ ਬਣਦਾ। ਇਹਨਾਂ ਨੇ ਇੱਕ ਸਾਡੇ ਸਰਪੰਚ ਨੂੰ ਧਮਕੀ ਮਾਰ ਕੇ, ਇਹਨਾਂ ਦੇ DC ਨੇ ਸਾਡੀ ਪੰਚਾਇਤ ਨੂੰ ਘੂਰ ਕੇ ਮਤਲਬ ਇਹ ਜ਼ਮੀਨ ਲੈ ਲਈ, ਉਹਨਾਂ ਤੋਂ ਲਿਖਵਾ ਲਿਆ ਵੀ ਅਸੀਂ ਦਾਨ ਦੇ ਰਹੇ ਹਾਂ। ਕਿਉਂ? ਮੈਨੂੰ ਤਾਂ ਪਤਾ, ਅਸੀਂ ਨਿਸ਼ਾਨਦੇਹੀ ਬਾਰੇ ਗਏ ਤੇ ਉਸ ਟਾਈਮ ਮੈਂ ਜਥੇਬੰਦੀ ਵੱਲੋਂ ਨਹੀਂ ਗਿਆ, ਤਾਂ ਮੈਂ ਵੈਸੇ ਸਾਦਾ ਬਣ ਕੇ ਚਲਿਆ ਗਿਆ। ਜਦ ਮੈਂ ਬੋਲਿਆ, ਮੇਰੇ ਪਰ DC ਭੱਜ ਕੇ ਪਿਆ, ਉੱਲੜ ਕੇ ਪਿਆ, ਮੇਰੀ ਆ ਕੇ SHO ਨੇ ਬਾਂਹ ਫਾਲੀ ਵੀ, ਖੜਾ ਹੋ। ਮੈਂ ਕਿਹਾ ਮੈਂ ਖੜਾ ਨਹੀਂ ਹੁੰਦਾ ਹਾਂ, ਤੂੰ ਮੈਨੂੰ ਕੌਣ ਆ ਖੜਾ ਕਰਨ ਵਾਲਾ? ਉੱਥੇ DC ਨੇ ਮਤਲਬ ਮੈਨੂੰ ਡਰਾਉਣਾ ਧਮਕਾਉਣਾ ਚਾਹਿਆ। ਫਿਰ ਉਸਦੇ ਬਾਅਦ 'ਚ ਅਕਲ 'ਚ ਆਈ ਵੀ ਯਾਰ, ਬੰਦੇ ਤਾਂ ਇਹ ਦੂਏ ਨੇ। ਬਾਅਦ ਮੈਂ ਉਹਨਾਂ ਨੂੰ ਬੁਲਾ ਕੇ ਕਹਿੰਦਾ ਵੀ ਕੱਲ੍ਹ ਨੂੰ ਮੈਂ ਤੁਹਾਡੀ ਸੱਚਾਈ ਕਰ ਦੇਣਾ। ਬਿਲਕੁਲ ਨਹੀਂ, ਉਹ ਵੀ ਸੱਚਾਈ ਕਰੀ, ਸਾਡੀ ਜਾਇਦਾਦ ਹੈ ਜਿਹੜੀ, ਉਹ ਧੱਕੇ ਨਾਲ ਲੈ ਗਿਆ ਇਹ DC ਬੇਈਮਾਨ